ਸਵਾਗਤ ਹੈ ਪੀਟੀਸੀ న్యూਸ ਵਿੱਚ ਸਾਰ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਕਰੋਨਾ ਮਹਾਮਾਰੀ ਨੇ ਜ਼ਿੰਦਗੀ ਦੀ ਰਫ਼ਤਾਰ ਨੂੰ ਬ੍ਰੇਕਾਂ ਲਗਾ ਦਿੱਤੀਆਂ ਨੇ ਖੜੋਤ ਵਰਗਾ ਮਾਹੌਲ ਬਣ ਗਿਆ ਅਜੇ ਦੇ ਵਿੱਚ ਸਾਡੇ ਕੋਲ ਦੋ ਵਿਕਲਪ ਨੇ ਦੋ ਬਦਲ ਨੇ ਜਾਂ ਤਾਂ ਅਸੀਂ ਹੱਥ ਤੇ ਹੱਥ ਧਰ ਕੇ ਅਸੀਂ ਵੇਟ ਕਰੀਏ ਇੰਤਜ਼ਾਰ ਕਰੀਏ ਕਿ ਕਦੋਂ ਸਥਿਤੀ ਨਾਰਮਲ ਹੋਏਗੀ ਕਦੋਂ ਹਾਲਾਤ ਸਹੀ ਹੋਣਗੇ ਤਾਂ ਉਹਨਾਂ ਹਾਲਾਤਾਂ ਦਾ ਇੰਤਜ਼ਾਰ ਕੀਤਾ ਜਾਵੇ ਜਾਂ ਫਿਰ ਇਹਨਾਂ ਹਾਲਾਤਾਂ ਨੂੰ ਹੀ ਹਥਿਆਰ ਬਣਾ ਲਿਆ ਜਾਵੇ ਅੱਗੇ ਵੱਧਦੇ ਜਾਈਏ ਔਰ ਇਹ ਸਮਝ ਲਈਏ ਕਿ ਹੁਣ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਔਰ ਉਸ ਨੂੰ ਅਪਣਾ ਕੇ ਹੀ ਅਸੀਂ ਅੱਗੇ ਵਧ ਸਕਦੇ ਹਾਂ ਜਿਵੇਂ ਪੀਟੀਸੀ ਨੈਟਵਰਕ ਜਾਂ ਪੀਟੀਸੀ ਨਿਊਜ਼ ਲਗਾਤਾਰ ਵਧ ਰਿਹਾ ਇੱਕ ਦਿਨ ਵੀ ਸਾਡੀਆਂ ਖਬਰਾਂ ਬੰਦ ਨਹੀਂ ਹੋਈਆਂ ਇੱਕ ਦਿਨ ਵੀ ਸਾਡੀ ਕੋਈ ਡਿਬੇਟ ਬੰਦ ਨਹੀਂ ਹੋਈ ਇੱਕ ਦਿਨ ਵੀ ਤੁਹਾਡਾ ਐਂਟਰਟੇਨਮੈਂਟ ਦਾ ਜ਼ਰੀਆ ਬੰਦ ਨਹੀਂ ਹੋਇਆ ਔਰ ਇਸੇ ਤਰ੍ਹਾਂ ਹੀ ਸਾਡਾ ਫਿਲਮ ਅਵਾਰਡ ਵੀ ਬੰਦ ਨਹੀਂ ਹੋਏਗਾ ਪਿਛਲੇ 9 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਲੋਕਾਂ ਦੇ ਮਨ ਦੇ ਵਿੱਚ ਇਹ ਸ਼ੰਕਾ ਸੀ ਕਿ ਸ਼ਾਇਦ ਇਸ ਵਾਰ ਇਹ ਚੀਜ਼ ਸੰਭਵ ਨਹੀਂ ਹੋ ਪਾਏਗੀ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਵਿੱਚ ਪੋਸੀਬਲ ਨਹੀਂ ਲੱਗਦਾ ਸੀਗਾ ਕਿ ਫਿਲਮ ਅਵਾਰਡ ਹੋ ਪਾਏਗਾ ਪਰ ਤੁਹਾਨੂੰ ਸੁਣ ਕੇ ਖੁਸ਼ੀ ਹੋਏਗੀ ਕਿ ਇਸ ਵਾਰ ਵੀ ਇਹ ਫਿਲਮ ਅਵਾਰਡ ਹੋਏਗਾ ਔਰ ਪਿਛਲੇ ਸਾਲਾਂ ਲੋ ਵੱਧ ਜੋਸ਼ੋਖ ਰੋਸ਼ ਨਾਲ ਹੋਏਗਾ ਇਹ ਪੋਸੀਬਲ ਕਿਵੇਂ ਹੋ ਪਾਰ ਰਿਹਾ ਹੈ ਕਿ ਇਹ ਸੰਭਵ ਹੈ ਕਿ ਉਸੇ ਤਰ੍ਹਾਂ ਦੇ ਫਿਲਮ ਅਵਾਰਡ ਕਿਉਂਕਿ ਦੁਨੀਆ ਦੇ ਵਿੱਚ ਪਹਿਲਾ ਇਹ ਆਨਲਾਈਨ ਫਿਲਮ ਅਵਾਰਡ ਹੈ ਜਿਹੜਾ ਹੋਣ ਜਾ ਰਿਹਾ ਹੈ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਖਾਸ ਮਹਿਮਾਨ ਮੌਜੂਦ ਨੇ ਜੋ ਕਿ ਸਾਰੇ ਮਿਕਾਂਗਾ ਕਿ ਮਾਸਟਰਮਾਈਂਡ ਨੇ ਕਰਤਾ ਧਰਤਾ ਨੇ ਅ ਇਹਨਾਂ ਨੇ ਸਾਨੂੰ ਸੁਜੈਸਟ ਕੀਤਾ ਕਿ ਕਿਵੇਂ ਕਰਨਾ ਹੈ ਕੀ ਕੀਤਾ ਜਾਵੇ ਕਿਉਂਕਿ ਸਾਡੀ ਇੰਡਸਟਰੀ ਠੱਪ ਹੋ ਕੇ ਬੈਠ ਗਈ ਹੈ ਸਾਡੀ ਇੰਡਸਟਰੀ ਦੇ ਕੋਲ ਕੋਈ ਕੰਮ ਕਰਨੀ ਹੈ ਇੱਕ ਬੂਸਟ ਵੀ ਮਿਲੇਗਾ ਔਰ ਉਹਨਾਂ ਨੂੰ ਘਰ ਬੈਠੇ ਸਾਰੀਆਂ ਚੀਜ਼ਾਂ ਜਦੋਂ ਦੇਖਣ ਨੂੰ ਮਿਲਣ ਗਿਆ ਤੇ ਇੱਕ ਨਵੀਂ એનર્ਜੀ ਜ਼ਰੂਰ ਆਂਦੀ ਹੈ ਰਵਿੰਦਰ ਨਾਰਾਇਣ ਜੀ ਸਾਡੇ ਨਾਲ ਮੌਜੂਦ ਨੇ ਐਮ ਡੀ ਤੇ ਪ੍ਰੈਜ਼ੀਡੈਂਟ ਨੇ ਪੀਟੀਸੀ ਨੈਟਵਰਕ ਦੇ ਸਰ ਪਹਿਲੇ ਤਾਂ ਸਵਾਗਤ ਹੈ ਔਰ ਮੈਂ ਇਸੇ ਲਈ ਤੁਹਾਨੂੰ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਚ ਜਾਂ ਤਾਂ ਅਸੀਂ ਇਹ ਇੰਤਜ਼ਾਰ ਕਰੀਏ ਕੀ ਹਾਲਾਤ ਠੀਕ ਹੋਣਗੇ ਤਾਂ ਅਸੀਂ ਕੰਮ ਕਰੀਏ ਪਰ ਇਹ ਜਲਦੀ ਜਲਦੀ ਹਾਲਾਤ ਠੀਕ ਹੋਣ ਵਾਲੇ ਹੈ ਨਹੀਂ ਇਹ ਸਾਡੀ ਹੁਣ ਜ਼ਿੰਦਗੀ ਦਾ ਇੱਕ ਹਿੱਸਾ ਨੇ ਉਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਕਿ ਇਹ ਪੋਸੀਬਲ ਹੈ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਫਿਲਮ ਅਵਾਰਡ ਅਸੀਂ ਕਰਾਉਣ ਜਾ ਰਹੇ ਹਾਂ ਇੱਕ ਐਡਾ ਵੱਡਾ ਸ਼ੋਅ ਹੁੰਦਾ ਇੰਨਾ ਉਹਦੇ ਵਿੱਚ ਮੈਨ ਪਾਵਰ ਲੱਗਦੀ ਹੈ ਨਹੀਂ ਟੈਕਨੀਕ ਲੱਗਦੀ ਹੈ ਕਿ ਇਹ ਆਨਲਾਈਨ ਸੰਭਵ ਹੈ ਉਸੇ ਤਰ੍ਹਾਂ ਦਾ ਗ੍ਰੈਂਜਰ ਉਸੇ ਤਰ੍ਹਾਂ ਦੀ ਰੌਣਕ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਇਹ ਤਾਂ ਅੱਜ ਸ਼ਾਮੀ 8:30 ਵਜੇ ਕੁੱਲ ਦੁਨੀਆ ਨੂੰ ਦਿ세ਗਾ ਕਿ ਜਦੋਂ ਪੰਜਾਬੀ ਇੱਕ ਵਾਰੀ ਸੋਚ ਲੈਂਦੇ ਆ ਕਿ ਆਪਾਂ ਕੋਈ ਕੰਮ ਕਰਨਾ ਹੈ ਤੇ ਫਿਰ ਕਰਕੇ ਦਿਖਾਉਂਦੇ ਆ ਹਮ ਟੈਕਨੋਲੋਜੀ ਵੇਰੀਅਸ ਟੈਕਨੋਲੋਜੀਜ਼ ਨੂੰ ਆਪਾਂ ਜੋੜ ਕੇ ਤੇ ਦਿਮਾਗ ਨੂੰ ਥੋੜਾ ਜਿਹਾ ਵਰਤ ਕੇ ਆਈਡੀਆ ਲਗਾ ਕੇ ਆਪਾਂ ਸੋਚਿਆ ਕਿ ਵੀ ਜਿੜੀ ਇੰਡਸਟਰੀ ਇੰਨੀ ਮਿਹਨਤ ਨਾਲ ਸਭ ਦਾ ਐਂਟਰਟੇਨਮੈਂਟ ਕਰਦੀ ਹੈ ਇੰਨੀ ਲੋਕ ਜੁੜੇ ਹੋਣ ਦੇ ਨਾਲ ਉਹਨੂੰ ਆਪਾਂ ਕਿਵੇਂ ਛੱਡ ਦਈਏ ਜੀ ਇਹ 10ਵਾਂ ਐਡੀਸ਼ਨ ਹੈ 10ਵੇਂ ਸਾਲ ਜਦੋਂ ਫਿਲਮ 어ਵਾਰਡ ਹੋਣਾ ਸੀ ਤੇ 10ਵੇਂ ਸਾਲ ਵਿੱਚ ਆਪਾਂ ਕਹੀਏ ਕਿ ਨਹੀਂ ਹੋਏਗਾ ਇਹ ਆਪਾਂ ਕਿਹਾ ਜੀ ਕਰਨਾ ਜ਼ਰੂਰੀ ਹੈ ਤੇ ਵੀ ਵਿਲ ਡੂ ਇਟ ਵਰਚੂਲੀ ਆਪਾਂ ਇੱਕ ਵਰਚੂਅਲ ਸੈਟ ਬਣਾਇਆ ਕੰਪਿਊਟਰ ਦੇ ਉੱਤੇ ਉਹਨੂੰ ਜਨਰੇਟ ਕੀਤਾ ਗਿਆ ਇੱਕ ਇੱਕ ਲਾਈਟ ਜਿਹੜੀ ਲੱਗੀ ਹੋਈ ਹੈ ਉੱਤੇ ਇੱਕ ਇੱਕ ਉਹਦੇ ਜਿਹੜਾ ਐਲੀਮੈਂਟ ਲੱਗਿਆ ਹੋਇਆ ਕ੍ਰੀਏਟ ਕੀਤਾ ਗਿਆ ਹੁਣ ਤੁਸੀਂ ਦੇਖੋਗੇ ਦਿਵਿਆ ਦਿੱਤਾ ਬੌਮੇ ਤੋਂ ਆ ਗੋਕੀ ਜੀ ਪੰਜਾਬ ਚ ਨੇ ਤੇ ਉਹ ਦੋਵੇਂ 1.5 ਹਜ਼ਾਰ ਕਿਲੋਮੀਟਰ ਦੂਰ ਹੋਣ ਪਾਵੇਂ ਲੇਕਿਨ 1.5 ਫੁੱਟ ਦੀ ਦੂਰੀ ਵੀ ਨਹੀਂ ਰਹਿਣੀ ਉਹਨਾਂ ਵਿੱਚ ਜਦੋਂ ਉਹ ਉਸੇ ਸਟੇਜ ਦੇ ਉੱਤੇ ਖੜੇ ਤੁਹਾਨੂੰ ਨਜ਼ਰ ਆਉਣ ਕਿ ਸ਼ਾਮ ਨੂੰ ਤੇ ਇਵੇਂ ਹੀ ਗਿੱਪੀ ਗਰੇਵਾਲ ਜਦੋਂ ਪਰਫਾਰਮ ਕਰੂਗਾ ਉਹ ਮੁਹੱਲੇ 'ਚ ਪਰਫਾਰਮ ਕਰੂਗਾ ਤੇ ਡਾਂਸਰ ਦਿੱਲੀ 'ਚੋਂ ਨਾਲ ਜੁੜਨਗੇ ਲੇਕਿਨ ਇੱਕੋ ਟਾਈਮ ਤੇ ਇੱਕੋ ਸੈੱਟ ਦੇ ਉੱਤੇ ਉਹ ਨਾਲ ਪਰਫਾਰਮ ਕਰਦੇ ਹੋਏ ਜਿਹੜੇ ਵੀ ਐਂਗਲ ਤੋਂ ਦੇਖੋਗੇ ਨਜ਼ਰ ਆਉਣਗੇ ਦਿਸ ਇਜ਼ ਵਾਟ ਟੈਕਨੋਲੋਜੀ ਕੁੱਡ ਡੂ ਜੇ ਟੈਕਨੋਲੋਜੀ ਆਪਾਂ ਵਰਤ ਕੇ ਆਪਾਂ ਕਹਿੰਦੇ ਇਹਨੂੰ ਛੱਡਣਾ ਨਹੀਂ ਜੋ ਮਾਨ ਸਨਮਾਨ ਬਣਦਾ ਹੈ ਉਹ ਆਪਾਂ ਦੇਣਾ ਤੇ ਉਹ ਲੋਕਾਂ ਤੱਕ ਪਹੁੰਚਾਣਾ ਉਹ ਸਟਾਰਸ ਪਾਵੇਂ ਆ ਨਹੀਂ ਸਕਦੇ ਉਹ ਹਜ਼ਾਰਾਂ ਲੋਕ ਆ ਨਹੀਂ ਸਕਦੇ ਪਾਵੇਂ ਜਿੱਥੇ ਗਰਾਊਂਡ ਤੇ ਆਪਾਂ ਕਰਦੇ ਸੀਗੇ ਉਹਨਾਂ ਦੇ ਘਰ ਆਪਾਂ ਲੈ ਕੇ ਚੱਲਾਂਗੇ ਸਭ ਨੂੰ ਜਿੱਥੇ ਜਿੱਥੇ ਸਟਾਰਸ ਬੈਠੇ ਆ ਉਹਨਾਂ ਨੂੰ ਆਪਾਂ ਜੋੜ ਕੇ ਉਸੇ ਮੰਚ ਤੇ ਲਿਆਵਾਂਗੇ ਪਾਵੇਂ सोनू सूद ਹੋਵੇ ਬਾਬੇ ਤੋਂ ਪ੍ਰੈਜ਼ੈਂਟ ਕਰਨਗੇ ਜੇ ਕੋਈ winner ਹੋਵੇ ਕੋਈ UK ਚ ਹੋਵੇ ਕੋਈ ਕੈਨੇਡਾ ਚ ਹੋਵੇ ਕੋਈ ਬੰਬਈ ਚ ਹੋਵੇ ਉਹ ਲੈਣਗੇ ਉੱਥੋਂ ਕਰੋ ਕਰੇ ਅੱਛਾ ਸਰ ਕਿੰਨਾ ਕਿੰਨਾ ਕੁ ਮੁਸ਼ਕਲ ਸੀਗਾ ਕਿਉਂਕਿ ਤੁਸੀਂ ਟੈਕਨੀਕ ਦੀ ਗੱਲ ਕਹੀ ਹੈ ਸੁਣਨ ਨੂੰ ਬੜਾ ਅਜੀਬ ਜਿਹਾ ਲੱਗਦਾ ਕਿ ਇੱਕ ਕਲਾਕਾਰ ਮੋਹਾਲੀ ਪਰਫਾਰਮੈਂਸ ਦੇ ਰਿਹਾ ਤੇ ਉਹਦੇ ਸਹਾਇਕ ਕਲਾਕਾਰ ਮੁੰਬਈ ਦੇ ਰਹੇ ਨੇ ਸੁਣਨ ਚ ਥੋੜਾ ਅਜੀਬ ਲੱਗਦਾ ਕਿੰਨਾ ਕੁ ਔਖਾ ਸੀਗੇ ਇਹ ਟੈਕਨੀਕ ਨੂੰ ਸੁਮੇਲ ਕਰਪਣਾ ਇੱਕੋ ਹੀ ਟਾਈਮ ਇੱਕੋ ਹੀ ਟਾਈਮ ਇਹ ਇਹ ਬਹੁਤ ਇਹਦੇ ਵਿੱਚ ਇੱਕ ਇੱਕ ਇੰਚ ਮੈਪਿੰਗ ਇੱਕ ਇੱਕ ਰਿਐਕਸ਼ਨ ਮੈਪਿੰਗ ਉਹਨਾਂ ਨੂੰ ਟ੍ਰੇਨਿੰਗ ਦੇਣਾ ਕਿ ਵੀ ਇਸ ਪਾਸੇ ਦੇਖਣਾ ਹੈ ਐਦਾਂ ਇੰਟਰੈਕਟ ਕਰਨਾ ਹੈ ਇਹਦੇ ਵਿੱਚ ਟਾਈਮ ਬੜਾ ਲੱਗਾ ਤਿਆਰ ਕਰਨ ਵਿੱਚ ਪਰ ਹੋ ਗਿਆ ਕੰਮ ਇਹ ਤੇ ਮੈਜਿਕ ਹੈ ਇਹ ਮੈਜਿਕ ਅੱਜ ਨਜ਼ਰ ਆਊਗਾ ਦੇਖਾਂਗੇ ਆਪਾਂ ਬਿਲਕੁਲ ਅਛਾ ਰਵਿੰਦਰ ਨਰਾਜ ਜੀ ਮਿਸ ਕੀ ਕਰੋਗੇ ਜਿਹੜਾ ਗਰਾਊਂਡ ਤੇ ਸ਼ੋ ਹੋਂਦਾ ਉਹਦੇ ਵਿੱਚ ਮੈਨੂੰ ਵੀ ਚੰਗੀ ਤਰ੍ਹਾਂ ਯਾਦ ਆ ਰੈੱਡ ਕਾਰਪਟ ਤੇ ਮੈਂ ਵੀ ਸਵਾਗਤ ਕਰਦਾ ਹੁੰਦਾ ਸੀ ਤੁਸੀਂ ਵੀ ਕਰਦੇ ਹੁੰਦੇ ਸੀਗੇ ਮਿਸ ਕੀ ਕਰੋਗੇ ਉਹ ਚੀਜ਼ ਮਿਸ ਕਰੋਗੇ ਤੁਸੀਂ ਆ ਉਹੀ ਉਹੀ ਮਿਸ ਕਰਾਂਗੇ ਜੀ ਜਦੋਂ ਦਾ ਇਹ ਸ਼ੁਰੂ ਹੋਇਆ ਐਵਾਰਡ ਸ਼ੋ ਆਪਾਂ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਣ ਤੋਂ ਰੈੱਡ ਕਾਰਪਟ ਤੇ ਜਾ ਕੇ ਗੇਟ ਤੇ ਖੜ ਜਾਂਦੇ ਸੀ ਹੱਥ ਜੋੜ ਕੇ ਸਭ ਦਾ ਸਵਾਗਤ ਕਰਦੇ ਸੀ ਜਿਹੜੇ ਸਟਾਰਸ ਮਹਿਮਾਨ ਸਾਡੇ ਆਉਂਦੇ ਸੀ ਬਸ ਉਸ ਉਥੇ ਖੜ ਕੇ ਸਵਾਗਤ ਕਰਨ ਦਾ ਆਪਾਂ ਮਿਸਕਰਾਂਗੇ ਪਰ ਆਪਾਂ ਟੀਵੀ ਦੇ ਉਤੇ ਸਭ ਨੂੰ ਵੈਲਕਮ ਕਰਾਂਗੇ ਦੁਨੀਆ ਭਰ ਤੋਂ ਲੋਕ ਜੁੜਨਗੇ ਤੇ ਦੁਨੀਆ ਭਰ ਤੋਂ ਲੋਕ ਇਹਨੂੰ ਵੇਖਣਗੇ ਨਾਲ ਸਿਰਫ ਉਹੀ ਚੀਜ਼ ਮਿਸ ਹੋਏਗੀ ਬਾਕੀ ਕੁਝ ਵੀ ਮਿਸ ਨਹੀਂ ਹੋਣਾ ਹੂੰ ਹੂੰ ਅੱਛਾ ਮੇਰਾ ਇੱਕ ਆਖਰੀ ਸਵਾਲ ਰਵਿੰਦਰ ਜੀ ਤੁਸੀਂ ਇੰਡਸਟਰੀਅਲ ਕਈ ਦਹਾਕਿਆਂ ਤੋਂ ਜੁੜੇ ਹੋਏ ਹੋ ਜੋ ਅੱਜ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਕਿਵੇਂ ਸਰਵਾਈਵਲ ਪੋਸੀਬਲ ਹੋ ਪਾਏਗਾ ਫਿਲਮਾਂ ਨਵੀਆਂ ਬਣ ਨਹੀਂ ਰਹੀਆਂ ਨਵੀਆਂ ਜੜੀਆਂ ਫਿਲਮਾਂ ਸੀ ਉਹ ਥੀਏਟਰ ਦੇ ਵਿੱਚ ਲੱਗ ਨਹੀਂ ਰਹੀਆਂ ਇਹ ਸਰਵਾਈਵਲ ਪੋਸੀਬਲ ਕਿਵੇਂ ਹੋਏਗਾ ਤੁਸੀਂ ਇੱਕ ਚਾਣਨ ਮਨਾਰਾ ਬਣਿਓ ਇਹ ਅਵਾਰਡ ਤੋਂ ਮੈਨੂੰ ਲੱਗਦਾ ਹੈ ਕਿ ਇੱਕ ਐਗਜ਼ਾਮਪਲ ਹੋਏਗਾ ਉਹਨਾਂ ਸਾਰਿਆਂ ਲਈ ਜਿਹੜੇ ਸੋਚਦੇ ਨੇ ਕਿ ਸਾਡਾ ਹੁਣ ਕੁਝ ਨਹੀਂ ਹੋ ਸਕਦਾ ਇਹ ਤੁਸੀਂ ਹੁਣ ਦੱਸੋ ਵੀ ਇਹ ਇਹ ਪੋਸੀਬਲ ਕਿਵੇਂ ਸਭ ਕੁਝ ਪੋਸੀਬਲ ਹੈ ਜਦੋਂ ਬੰਦਾ ਮਨ ਵਿੱਚ ठान ਲਵੇ ਹਮ ਟੀਮ ਵਰਕ ਨਾਲ ਸਾਰਾ ਕੁਝ ਪੋਸੀਬਲ ਹੈ ਹੁਣ ਈ ਕਾਨਸਰਟਸ ਆਪਾਂ ਕਰ ਰਹੇ ਨੇ ਆਪਾਂ ਸ਼ੋਅਜ਼ ਕਰ ਰਹੇ ਨੇ ਹੁਣੇ ਆਪਾਂ ਹੁਨਰ ਪੰਜਾਬ ਦਾ ਲਾਂਚ ਕਰਨ ਚੱਲੇ ਆ ਜੋ ਜਿੱਥੇ ਹੋਏਗਾ ਉੱਥੋਂ ਪਾਰਟਿਸਿਪੇਟ ਕਰੇਗਾ ਵੀ ਹੈਵ ਟੈਕਨੋਲੋਜੀ ਮੈਨ ਟੈਕਨੋਲੋਜੀ ਦੁਨੀਆ ਪਾਰੇ ਚ ਹੈ ਲੋਕ ਬਸ ਨੂੰ ਮਾਈਂਡ ਲਗਾ ਕੇ ਅਪਲਾਈ ਨਹੀਂ ਕਰਦੇ ਕਿ ਆਪਾਂ ਕਿਵੇਂ ਲੋਕਾਂ ਨੂੰ ਨਾਲ ਜੋੜਦੇ ਆ ਆਪਾਂ ਤਾਂ ਫਰਵਰੀ ਚ ਅਨਾਉਂਸ ਕੀਤਾ ਸੀ ਕੈਪ ਦੀ ਸਾਡੇ ਟੈਲੈਂਟ ਹੰਡ ਗਲੋਬਲ ਹੋਣਗੇ ਇਹ ਤੇ ਕੁਦਰਤ ਨੇ ਇਦਾਂ ਕਰਤਾ ਕਿ ਬਈ ਸਾਰਿਆਂ ਨੂੰ ਆਪਾਂ ਟੈਕਨੋਲੋਜੀ ਨਾਲ ਜੋੜਨ ਦਾ ਪਹਿਲਾਂ ਹੀ ਮਨ ਬਣਾਇਆ ਹੋਇਆ ਸੀ ਉਹ ਕੁਦਰਤ ਨੇ ਸਾਨੂੰ ਫੋਰਸ ਕਰਤਾ ਕਿ ਮੈਨੂੰ ਛੇਤੀ ਕਰੋ ਤੇ ਹੋਏਗਾ ਈ ਕਾਨਸਰਟਸ ਵੀ ਹੋਣਗੇ ਤਬਲੇ ਵਾਲਾ ਕਿੱਥੇ ਬੈਠਾ ਹੈ ਗਿਟਾਰ ਵਾਲਾ ਕਿੱਥੇ ਹੈ ਤੇ ਗਾਣ ਵਾਲਾ ਕਿੱਥੇ ਹੈ ਤੇ ਉਹ ਸਾਰੇ ਜੁੜ ਕੇ ਆਨਲਾਈਨ ਲਾਈਵ ਨਾਲ ਪਰਫਾਰਮ ਕਰਨਗੇ ਜੇ ਪੀਟੀਸੀ ਤੁਸੀਂ ਦੇਖਦੇ ਰਹੋ ਤੁਹਾਨੂੰ ਪੀਟੀਸੀ ਤੇ ਦਿਖਾਵਾਂਗੇ ਆਪਾਂ ਇਹ ਕਿਵੇਂ ਹੋ ਸਕਦਾ ਇਹ ਹੋਏਗਾ ਠੀਕ ਹੈ ਸਰ ਅੱਜ ਅੱਜ ਰਾਤ ਨੂੰ ਰੌਣਕਾਂ ਲਗਣੀਆਂ ਨੇ ਮੈਂ ਇੱਕ ਇੱਕ ਛੋਟਾ ਜਿਹਾ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ ਕੀ ਕੋਈ ਗੈਸ ਕਰ ਪਾਏਗਾ ਕਿ ਇਹ ਸਟੇਜ ਤੇ ਨਹੀਂ ਹੋ ਪਾ ਰਿਹਾ ਇਹ ਗਰਾਊਂਡ ਤੇ ਨਹੀਂ ਹੋ ਪਾ ਰਿਹਾ ਇਹ ਕਲਾਕਾਰ ਉੱਥੇ ਬੈਠਾ ਹੀ ਹੈ ਉੱਥੇ ਬੈਠਾ ਕਿਉਂਕਿ ਮੈਂ ਇੱਕ ਛੋਟਾ ਜਿਹਾ ਪ੍ਰੋਮੋ ਦੇਖਿਆ ਸੀ ਪ੍ਰੋਮੋ ਚ ਅਸੀਂ ਜੱਜ ਹੀ ਨਹੀਂ ਕਰ पाए ਕਿ ਦਿਵਯਾ ਦੱਤਾ ਔਰ ਗੁਰਪ੍ਰੀਤ ਘੁੱਗੀ ਇਕੱਠੇ ਨਹੀਂ ਖੜੇ ਹੋਏ ਨੇ ਐਂਕਰ ਤੇ ਪਤਾ ਨਹੀਂ ਚੱਲਣਗੇ ਪਰਫਾਰਮਰਸ ਵੀ ਪਤਾ ਨਹੀਂ ਚੱਲਣਗੇ ਖਾਲੀ ਤੁਹਾਨੂੰ ਪ੍ਰੈਜੈਂਟਰਸ ਤੇ ਵਿਨਰਸ ਨਜ਼ਰ ਆਉਣਗੇ ਕਿ ਉਹ ਇੱਕ ਥਾਂ ਤੇ ਨਹੀਂ ਹੈ ਕਿਉਂਕਿ ਆਪਣੇ ਆਪਣੇ ਘਰਾਂ 'ਚ ਬੈਠੇ ਹੋਣਗੇ ਜੀ ਬਾਕੀ ਸਾਰਾ ਤੁਸੀਂ ਜੋ ਵੀ ਕੁਝ ਦੇਖੋਗੇ ਯੂ ਵਿਲ ਨਾਟ ਬੀਏਬਲ ਟੂ ਗੈਸ ਕੋਈ ਇਹ ਕਹਿ ਨਹੀਂ ਸਕੇਗਾ ਕਿ ਇਹ ਨਾਲ ਨਹੀਂ ਹੈ ਜੀ ਬੋਤ ਬੋਤਨ ਵਾ ਸਰ ਸਾਡੇ ਨਾਲ ਗੱਲਬਾਤ ਕਰਨ ਲਈ ਜਰ ਜਿਵੇਂ ਰਵਿੰਦਰ ਨਾਰਾਇਣ ਹੂਰਾ ਨੇ ਦੱਸਿਆ ਕਿ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਪਹਿਲੀ ਵਾਰੀ ਆਨਲਾਈਨ ਕੋਈ ਫਿਲਮ ਅਵਾਰਡਸ ਹੋ ਰਹੇ ਹੋਣ ਕਿਉਂਕਿ ਬੜੇ ਸਾਰੇ ਲੋਕਾਂ ਨੂੰ ਇਹ ਲੱਗਿਆ ਸੀਗਾ ਕਿ ਹੁਣ ਕੋਰੋਨਾ ਕਰਕੇ ਸਭ ਕੁਝ ਥੰਮ ਗਿਆ ਹੈ ਰਫ਼ਤਾਰ ਥੰਮ ਗਈ ਹੈ ਸੋ ਇਹ ਅਵਾਰਡ ਫੰਕਸ਼ਨ ਸ਼ਾਇਦ ਇਸ ਵਾਰ ਨਹੀਂ ਹੋਏਗਾ ਜੋ ਪਿਛਲੇ ਲਗਾਤਾਰ 9 ਸਾਲ ਤੋਂ ਹੁੰਦਾ ਆਇਆ ਪਰ ਤੁਹਾਨੂੰ ਯਾਦ ਕਰਾ ਦਈਏ ਕਿ ਸਰ ਵੀ ਹੋਏਗਾ ਟੈਕਨੀਕ ਥੋੜੀ ਚੇਂਜ ਹੋ ਗਈ ਹੈ ਉਹਦੀ ਰਫ਼ਤਾਰ ਥੋੜੀ ਜੀ ਚੇਂਜ ਹੋ ਗਈ ਹੈ ਪਰ ਇਸ ਵਾਰ ਵੀ ਹੋਏਗਾ ਔਰ ਹੁਣ ਸਾਡੇ ਨਾਲ ਗੱ ਦਿਵਿਆ ਦਤਾ ਜੀ ਮਸ਼ਹੂਰ ਅਦਾਕਾਰਾ ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਇਸ ਪ੍ਰੋਗਰਾਮ ਨੂੰ ਹੋਸਟ ਦਿਵਿਆ ਦਤਾ ਕਰ ਰਹੇ ਨੇ ਫਿਲਮ ਅਵਾਰਡ ਨੂੰ ਦਿਵਿਆ ਦਤਾ ਕਰ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਦਿਵਿਆ ਦਤਾ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਦਿਵਿਆ ਦਤਾ ਜੀ ਤੁਸੀਂ ਬਹੁਤ ਸਾਰੇ ਪ੍ਰੋਗਰਾਮ ਹੋਸਟ ਕੀਤੇ ਆ ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਕੰਮ ਕੀਤਾ ਹੈ ਆਪਣੇ ਆਪ ਦੇ ਵਿੱਚ ਇਹ ਵਿਲੱਖਣ ਇੱਕ ਐਕਸਪੀਰੀਅੰਸ ਵੀ ਹੋਏਗਾ ਕਿ ਪਹਿਲੀ ਵਾਰੀ ਆਨਲਾਈਨ ਇਹ ਅਵਾਰਡ ਸ਼ੋ ਹੋ ਰਹੇ ਨੇ ਕਿਸ ਤਰ੍ਹਾਂ ਦਾ ਲੱਗਿਆ ਪਹਿਲਾਂ ਤਾਂ ਮੈਂ ਐਕਸਪੀਰੀਅੰਸ ਤੁਹਾਡੇ ਤੋਂ ਸੁਣਨਾ ਚਾਹਣਾ ਉਹ ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਕਿ ਸਾਰਿਆਂ ਨੂੰ ਲੱਗ ਰਿਹਾ ਇਸ ਵਾਰ ਕੋਈ ਵੀ ਅਵਾਰਡਸ ਹੋਣੇ ਨਹੀਂ ਲੇਕਿਨ ਟਰਸ ਰਵਿੰਦਰ ਜੀ ਉਹ ਹਮੇਸ਼ਾ ਕੁਝ ਨਾ ਕੁਝ ਨਵਾਂ ਇਨੀਸ਼ੀਏਟਿਵ ਲੈ ਕੇ ਆਉਂਦੇ ਨੇ ਕੁਝ ਵੱਖਰਾ ਲੈ ਕੇ ਆਉਂਦੇ ਨੇ ਐਂਡ ਬਹੁਤ ਕਮਾਲ ਦਾ ਆਈਡੀਆ ਲੱਗਿਆ ਮੈਨੂੰ ਕਿ ਤੁਸੀਂ ਜਿਵੇਂ ਘਰੇ ਬੈਠੇ ਸਾਰੇ ਤੁਸੀਂ OTT ਦੇਖ ਰਹੇ ਹੋ ਉਸ ਤਰ੍ਹਾਂ ਹੀ OTT ਤੇ ਤੁਸੀਂ ਆਨਲਾਈਨ ਪਹਿਲੇ ਫਿਲਮ ਅਵਾਰਡਸ ਦੇਖ ਰਹੇ ਹਾਂ ਐਂਡ ਦੈਟਸ ਵੈਰੀ ਇੰਟਰਸਟਿੰਗ ਤੇ ਉਹਨਾਂ ਨੇ ਕਿਹਾ ਤੁਸੀਂ ਬੰਬੇ ਤੋਂ ਕਰੋਗੇ ਕੂਗੀ ਜੀ ਮੋਹਾਲੀ ਤੋਂ ਕਰਨਗੇ ਸਾਡਾ ਡਾਇਰੈਕਟਰ ਦਿੱਲੀ ਚ ਬੈਠਾ ਐਸ ਅ ਹਾਊਸ दैट ਇਵਨ ਪੋਸੀਬਲ ਸੋ ਬਟ ਉਹ ਕਥਿਆ ਕਰਨਾ ਤੇ ਜਿਹੜਾ ਆਡੀਅנס ਦੇਖ ਰਿਹਾ ਪਰਦੇ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਇਕੱਠੇ ਨਹੀਂ ਖੜੇ ਹੋਇਆ ਸੋ ਦੈਟਸ ਰੀਲੀ ਅਮੇਜ਼ਿੰਗ ਕੁਝ ਬਹੁਤ ਇੰਟਰਸਟਿੰਗ ਨਾਲੇ ਪੰਜਾਬ ਚ ਇੰਨੀਆਂ ਸੋਹਣੀਆਂ ਫਿਲਮਾਂ ਬਣ ਰਹੀਆਂ ਨੇ ਅਵਾਰਡ ਮਿਸ ਕਰਨਾ ਇਸ ਵਾਰ ਊਡ ਹਾਵ ਬੀਨ ਲਾਈਕ ਰੀਲੀ ਸੈਡ ਤੇ ਰਵਿੰਦਰ ਨਾਰਾਇਣ ਜੀ ਨੇ ਬਹੁਤ ਕਮਾਲ ਦਾ ਆਈਡੀਆ ਕੱਢਿਆ ਐਂਡ ਆਈ ਰੀਲੀ ਵਿਸ਼ ਪੀਟੀਸੀ ਐਂਡ ਹਿਮ ਆਲ ધ ਵੈਰੀ ਬੈਸਟ ਫਾਰ ਥਿਸ। ਅ ਦਿਵਜ ਜੀ ਮੈਂ ਛੋਟਾ ਜਿਹਾ ਪ੍ਰੋਮੋ ਹੀ ਹਲੇ ਤੱਕ ਦੇਖਿਆ ਉਸ ਪ੍ਰੋਮੋ ਦੇ ਵਿੱਚ ਅਸੀਂ ਬਿਲਕੁਲ ਨਹੀਂ ਜੱਜ ਕਰ पाए ਕਿ ਤੁਸੀਂ ਦੋਨੇ ਇੱਕ ਸੈੱਟ ਤੇ ਨਹੀਂ ਹੋ ਤੁਸੀਂ ਮੁੰਬਈ ਬੈਠੇ ਹੋ ਹੁਗਗੀ ਜੀ ਮੋਹਾਲੀ ਨੇ ਡਾਇਰੈਕਟਰ ਦਿੱਲੀ ਬੈਠੇ ਨੇ ਕੈਮਿਸਟਰੀ ਕਿੰਨੀ ਕੌਕੀ ਸੀ ਇਸ ਤਰ੍ਹਾਂ ਕੈਮਿਸਟਰੀ ਜਮਾਨਾ ਕਿ ਤੁਹਾਡੇ ਸਾਹਮਣੇ ਕੋਈ ਨਹੀਂ ਹੈ ਤੁਸੀਂ ਫਿਰ ਵੀ ਉਹਦੇ ਨਾਲ ਗੱਲਾਂ ਕਰਨੀਆਂ ਕਿੰਨਾ ਕੌਕਾ ਲੱਗਿਆ ਤੁਹਾਨੂੰ ਐਕਚੁਅਲੀ ਮੇਰੀ ਖੁਸ਼ਕਿਸਮਤੀ ਕੇ ਨਾਲ ਕੁਗੀਜੀ ਸਿਗੇ ਬਿਕੋਜ਼ ਉਹਨਾਂ ਨਾਲ ਮੇਰੇ ਅਸੀਂ ਬਹੁਤ ਸਾਰੇ ਸ਼ੋਸ ਇਕੱਠਿਆਂ ਕੀਤੇ ਨੇ ਸਾਡੀ ਕੈਮਿਸਟਰੀ ਬਹੁਤ ਵਧੀਆ ਉਹਨਾਂ ਦੀ ਟਾਈਮਿੰਗ ਬਹੁਤ ਚੰਗੀ ਹੈ ਤੇ ਅਸੀਂ ਫੋਨ ਦੇ ਉਪਾਇ ਹੋ ਸੀਗੇ 블루ਟੂਥ ਪਾਈ ਹੋ ਸੀਗੇ ਤੇ ਗੱਲਾਂ ਮਾਰ ਰਹੇ ਸੀਗੇ ਤੇ ਯੈਸ ਯੂ ਹੈਵ ਟੂ ਇਮੇਜਿਨ ਕਿ ਉਹਨਾਂ ਦਾ ਐਕਸਪ੍ਰੈਸ਼ਨ ਕਿ ਹੋਏਗਾ ਬਟ ਕਿਉਂਕਿ ਚੰਗੇ ਐਕਟਰ ਨੇ ਆਈ ਕੁਡ ਇਮੇਜਿਨ ਕਿ ਆ ਐਕਸਪ੍ਰੈਸ਼ਨ ਹੋਏਗਾ ਉਹਨਾਂ ਦਾ ਸੋ ਉਸ ਨੂੰ ਰਿਐਕਟ ਕਰਨਾ ਮੇਰੇ ਖਿਆਲ ਐਕਟਿੰਗ ਉਹਨੂੰ ਹੀ ਕਹਿੰਦੇ ਸੋ ਵੀ ਵਰ ਨਾਟ ਜਸਟ ਬੀਇੰਗ ਹੋਸਟ ਵੀ ਵਰ ਆਲਸੋ ਐਕਟਿੰਗ ਤੇ ਮੇਰੇ ਲਈ ਵੀ ਵੱਖਰਾ ਐਕਸਪੀਰੀਅੰਸ ਸੀਗਾ ਬਟ ਮਜ਼ਾ ਆਇਆ ਕਰਕੇ ਜਦੋਂ ਦਾ ਐਂਡ ਰਿਜ਼ਲਟ ਦੇਖਿਆ ਜਦ ਐਡ ਦੇਖਿਆ ਪ੍ਰੋਮੋ ਦੇਖਿਆ ਇਟ ਵਾਸ ਲਾਈਕ ਰੀਲੀ ਨਾਈਸ ਮੈਨੂੰ ਆਪ ਨੂੰ ਨਹੀਂ ਲੱਗਿਆ ਕਿ ਮੇਰੇ ਨਾਲ ਨਹੀਂ ਖੜੇ ਹੋਏ ਹਾਂ ਅ ਦਿਵਿਆ ਜੀ ਮਤਲਬ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਤੁਸੀਂ ਇਮਤਿਹਾਨ ਦਿੰਦੇ ਹੋ ਸਾਰਾ ਸਾਲ ਕੰਮ ਕਰਦੇ ਹੋ ਇਮਤਿਹਾਨ ਦਿੰਦੇ ਹੋ ਔਰ ਰਿਜ਼ਲਟ ਦੀ ਵੇਟ ਕਰਦੇ ਹੋ ਤੇ ਤੁਹਾਨੂੰ ਇਹ ਪਤਾ ਲੱਗੇ ਕਿ ਰਿਜ਼ਲਟ ਆਣਾ ਹੀ ਨਹੀਂ ਬੜਾ ਮਨ ਦੇ ਵਿੱਚ ਇੱਕ ਗੱਲ ਆਂਦੀ ਹੈ ਕਿ ਮੈਂ ਸਾਰੇ ਹੀ ਸਾਲ ਮਿਹਨਤ ਕੀਤੀ 임티한 ਵੀ ਦਿੱਤੇ ਔਰ ਰਿਜ਼ਲਟ ਮੇਰਾ ਨਹੀਂ ਆ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਸੈਡਨੈਸ ਜ਼ਰੂਰ ਹੋ ਜਾਂਦੀ ਹੈ ਪਰ ਜਦੋਂ ਹੁਣ ਸਾਰੀ ਇੰਡਸਟਰੀ ਦਾ ਕੰਮ ਖਤਮ ਹੋਇਆ ਪਿਆ ਕੋਈ ਸ਼ੂਟਿੰਗ ਨਹੀਂ ਚੱਲ ਰਹੀ ਨਵੀਆਂ ਫਿਲਮਾਂ ਬਣ ਨਹੀਂ ਰਹੀਆਂ ਨਵੀਆਂ ਫਿਲਮਾਂ ਰਿਲੀਜ਼ ਨਹੀਂ ਹੋ ਪਾਰੀਆਂ ਅਜਿਹੇ ਦੇ ਵਿੱਚ ਇਹ ਫਿਲਮ ਅਵਾਰਡ ਤੁਹਾਨੂੰ ਲੱਗਦਾ ਹੈ ਕਿ ਇੱਕ ਜਿਹੜੀ ਬ੍ਰੇਕ ਸੀ ਉਸ ਨੂੰ ਬ੍ਰੇਕ ਨੂੰ ਤੋੜਨ ਦਾ ਕੰਮ ਕਰੇਗਾ ਇੱਕ ਹੱਲਾਸ਼ੇਰੀ ਦੇਣ ਦਾ ਕੰਮ ਕਰੇਗਾ ਆਰਟਿਸਟ ਦੇ ਵਿੱਚ ਖਾਸ ਤੌਰ ਤੇ ਮੋਸਟ ਡੈਫੀਨਿਟਲੀ ਕਿਉਂਕਿ ਜਿਹੜਾ ਵੀ ਆਰਟਿਸਟ ਕੰਮ ਕਰਦਾ ਹੈ ਜਿਹੜਾ ਵੀ ਪ੍ਰੋਡਿਊਸਰ ਡਾਇਰੈਕਟਰ ਕੰਮ ਕਰਦਾ ਹੈ ਜਿਹੜੇ ਵੀ ਟੈਕਨੀਸ਼ੀਅਨਸ ਕੰਮ ਕਰਦੇ ਨੇ ਫਿਲਮਾਂ ਬਣਾਉਂਦੇ ਨੇ ਦੇ ਵਾਂਟ ਕਿ ਉਹਨਾਂ ਦੇ ਕੰਮ ਨੂੰ ਐਕਨੋਲਜ ਕੀਤਾ ਜਾਏ ਉਹਨੂੰ ਹੱਲਾਸ਼ੇਰੀ ਦਿੱਤੀ ਜਾਏ ਤੇ ਇਹ ਅਵਾਰਡਸ ਮੇਰੇ ਖਿਆਲ 9 ਸਾਲ ਹੋ ਗਏ ਨਹੀਂ ਲੇਕਿਨ ਇੱਕ ਇੱਕ ਆਪਣੇ ਆਮ ਚ ਇੱਕ ਵੱਡਾ ਇਨੀਸ਼ੀਏਟਿਵ ਲਿਤਾ ਹੈ ਨਾ ਅਵਾਰਡਸ ਨੇ ਪੰਜਾਬੀ ਇੰਡਸਟਰੀ ਨੂੰ ਹੋਰ ਉੱਤੇ ਚੱਕਿਆ ਹੈਗਾ ਐਂਡ ਸਭ एवरीवन ਲੁਕਸ ਫਾਰਵਰਡ ਕਿ ਅਵਾਰਡਸ ਕਦ ਹੋਣੇ ਨੇ ਸੋ ਆਮ ਸ਼ੋਰ ਲੋਕਡਾਊਨ ਦੇ ਤਿੰਨ ਚਾਰ ਮਹੀਨੇ ਜਿਹੜੇ ਬੀਤੇ ਨੇ ਇਸ ਅਵਾਰਡ ਨੂੰ ਦੇਖ ਕੇ ਲੱਗੇਗਾ ਕਿ ਤੁਸੀਂ ਸਾਰੇ ਇਕੱਠਿਆਂ ਹੈਗੇ ਆ ਵੀ ਆਰ ਸੈਲੀਬ੍ਰੇਟਿੰਗ ਅਗੇਨ ਤੇ ਸਾਡੇ ਜੋਸ਼ ਸਾਡੇ ਜਜ਼ਬੇ ਨੂੰ ਖਾਸ ਤੌਰ ਤੇ ਪੰਜਾਬੀਆਂ ਦੇ ਕੋਈ ਹਿਲਾ ਨਹੀਂ ਸਕਦਾ ਐਂਡ ਅਗੇਨ ਆਈ ਊਡ ਸੇ ਦਿਸ ਇਸ ਪੀਟੀਸੀਜ਼ ਗ੍ਰੇਟ ਇਨੀਸ਼ੀਏਟਿਵ ਟੂ ਡਿਸਾਈਡ ਦਿਸ ਅ ਅੱਛਾ ਇੱਕ ਲਾਸਟ ਸਵਾਲ ਮੈਂ ਜ਼ਿਆਦਾ ਟਾਈਮ ਨਹੀਂ ਤੁਹਾਡਾ ਲਾਂਗਾ ਬਤੌਰ ਅਦਾਕਾਰਾ ਇਸ ਲਾਕਡਾਊਨ ਦੇ ਵਿੱਚ ਮੈਂ ਕਹਾਂਗਾ ਕਿ ਸਭ ਤੋਂ ਵੱਡਾ ਫਰਕ ਸ਼ਾਇਦ ਫਿਲਮ ਇੰਡਸਟਰੀ ਨੂੰ ਪਿਆ ਔਰ ਮਿਊਜ਼ਿਕ ਇੰਡਸਟਰੀ ਨੂੰ ਪਿਆ ਕਿਉਂਕਿ ਸਾਰੇ ਕੰਮ ਠੱਪ ਹੋ ਕੇ ਰਹਿ ਗਏ ਨੇ ਔਰ ਜਲਦੀ ਜਲਦੀ ਉਮੀਦ ਵੀ ਨਹੀਂ ਹੈ ਕਿ ਦੁਬਾਰਾ ਲਾਈਨ ਤੇ ਆਣਗੇ ਕਿਦਾਂ ਤਾਂ ਤੁਹਾਡੇ ਇਹ ਸਮਾਂ ਲੰਘਿਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਸਮਾਂ ਆਪਣੇ ਆਪ ਦਾ ਆਤਮ ਮੰਥਨ ਕਰਨ ਦਾ ਸੀ ਬੜੀਏ ਸਾਰੇ ਛੁਪੇ ਹੋਏ ਹਿਡਨ ਟੈਲੈਂਟ ਨੇ ਜਿਹੜੇ ਉਹ ਵੀ ਲੋਕਾਂ ਦੇ ਸਾਹਮਣੇ ਆਏ ਤੁਸੀਂ ਇਸ ਲਾਕਡਾਊਨ ਦੇ ਸਮੇਂ ਨੂੰ ਕਿਵੇਂ ਬਤਾਓ ਉਮ ਬਹੁਤ ਕੁਝ ਕੀਤਾ ਇਨਫੈਕਟ ਐਡਸ ਫਿਲਮ ਸ਼ੂਟ ਕੀਤੀਆਂ ਫਿਰ ਫੋਟੋ ਸੈਸ਼ਨ ਕੀਤਾ ਘਰੇ ਘਰੋਂ ਹੀ ਕੀਤਾ ਬਹੁਤ ਅਜੀਬ ਲੱਗਿਆ ਕਿ ਡਾਇਰੈਕਟਰ ਕੱਟ ਵੀ ਕਹਿ ਰਿਹਾ ਤੁਸੀਂ ਆਪ ਹੀ ਸਭ ਕਰ ਰਹੇ ਹੋ ਡਾਇਰੈਕਟਰ Google Chat ਤੇ ਹੈ ਸੋ ਸਾਨੂੰ ਆਦਤ ਹੈ ਪੂਰੇ ਐਸੇ ਇਸ ਤਰ੍ਹਾਂ ਬਿਲਕੁਲ ਮਤਲਬ ਪੂਰਾ ਸਾਰੇ ਯੂਨਿਟਸ ਦੀ ਇੱਕ ਰੌਣਕ ਹੁੰਦੀ ਹੈ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਹੁੰਦੇ ਆ ਸੋ ਉਹ ਆਦਤਾਂ ਹੈਗੀਆਂ ਨੇ ਸੋ ਆਪੇ ਤੁਸੀਂ ਸਾਰਾ ਕੁਝ ਕਰ ਰਹੇ ਹੋ ਇਜ਼ ਨਾਟ ਦੈਟ ਈਜ਼ੀ ਫਿਰ ਮੈਂ ਕਿਤਾਬ ਲਿਖ ਰਹੀ ਆ ਫਿਰ ਇੱਕ ਪੋਇਮ ਲਿਖੀ ਜਿਹੜੀ ਵਾਇਰਲ ਹੋ ਗਈ ਸੀ ਜਿਹੜੀ ਮਿਸਟਰ ਬੱਚਨ ਨੇ ਵੀ ਟਵੀਟ ਕੀਤੀ ਜੀ ਜੀ ਸੋ 올 ਦੈਟ ਇਜ਼ ਹੈਪਨਿੰਗ ਕਮ ਹੌਲੀ ਹੌਲੀ ਸ਼ੁਰੂ ਹੋ ਰਿਹਾ ਇੰਡਸਟਰੀ ਦਾ ਪਰਮਿਸ਼ਨਸ ਵੀ ਮਿਲ ਗਈਆਂ ਨੇ ਟੀਵੀ ਦਾ ਕੰਮ ਸ਼ੁਰੂ ਹੋ ਗਿਆ ਅਸੀਂ ਪਹਿਲੇ ਹੈ ਗਿਆਂ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਐ ਇਸ ਇਸ ਸ਼ੋ ਦੇ ਨਾਲ ਸੋ ਉਮ ਸੋ ਹੌਲੀ ਹੌਲੀ ਮੈਨੂੰ ਨਹੀਂ ਲੱਗਦਾ ਸਾਡਾ ਜੋਰ ਸਾਡਾ ਜਜ਼ਬਾ ਕਦੇ ਵੀ ਘੱਟ ਹੋਏਗਾ

ਜਲਵਾਸੀ ਅੱਜ ਸ਼ਾਮ ਟ੍ਰੇਲਰ ਸੇ ਅੱਜ ਸ਼ਾਮ ਦੇਖ ਹੀ ਲਵਾਂਗੇ ਜੋ ਤੁਸੀਂ ਕੁਝ ਕੀਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਦਿਵਯਾ ਦਤਾ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਇਸਨ ਦਿਵਯਾ ਦਤਾ ਜਿਨ੍ਹਾਂ ਨੇ ਹੋਸਟ ਵੀ ਕੀਤਾ ਇਹ ਪ੍ਰੋਗਰਾਮ ਔਰ ਇਹ ਦਸਰੇ ਸੰ ਕੀ ਜਜ਼ਬਾ ਕਦੇ ਘਟ ਨਹੀਂ ਹੋਣਾ ਚਾਹੀਦਾ ਜੋਸ਼ ਹਮੇਸ਼ਾ ਹਾਈ ਰਹਿਣਾ ਚਾਹੀਦਾ ਹਾਲਾਤ ਬਦਲਦੇ ਰਹਿੰਦੇ ਨੇ ਹਾਲਾਤਾਂ ਦੇ ਅਨੁਸਾਰ ਖੁਦ ਨੂੰ ਵੀ ਬਦਲਣਾ ਚਾਹੀਦਾ ਭਾਵੇਂ ਉਹ ਸਮਾਂ ਨਹੀਂ ਰਿਹਾ ਤੇ ਇਹ ਸਮਾਂ ਵੀ ਨਹੀਂ ਰਹੇਗਾ ਸੋ ਇਸੇ ਤਰ੍ਹਾਂ ਦਾ ਐਟੀਟਿਊਡ ਹੋਣਾ ਚਾਹੀਦਾ ਪੋਜ਼ਿਟਿਵ ਐਟੀਟਿਊਡ ਹੋਣਾ ਚਾਹੀਦਾ ਸੋ ਰੌਣਕਾ ਤੁਹਾਨੂੰ ਅੱਜ ਸ਼ਾਮ ਨੂੰ ਦੇਖਣ ਨੂੰ ਮ ਇਹ ਇੱਕ ਨਵੀਂ ਤਾਕਤ ਇੱਕ ਨਵੀਂ ਸ਼ਕਤੀ ਹੈ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਫੂਕੀ ਜ਼ਰੂਰ ਜਾਏਗੀ